ਚਲੋ ਯਾਲਾ ਜੇ ਮੈਂ ਜੁੱਤ ਗਿਆ ਨਾ ਤਾਂ ਸਵੇਰੇ ਮੈਂ ਵੀ ਆ ਤੇ ਪਿਆ ਸਦਕਾ ਕਰਾਂ ਐ ਚੁੱਕ ਚੁੱਕ ਚਾਰ ਚੁੱਕ ਭਾਈ ਆ ਦਰਗਿਨ ਗਿਨ ਕੇ ਸੱਟੀ ਆਉਂਦੇ ਹੀ ਬਾ ਠੀਕ ਹੈ ਫਿਰ ਭਾਈ ਯਾਰ ਗਿਆ ਨਾ ਤੇ ਸੱਟਣੀਆਂ ਤੂੰ ਮੇਰੇ ਕੋ ਸੀ ਕਿ ਮੈਂ ਨਾ ਉਸਤਾਦ ਸਾਹਿਬ ਇੱਧਰ ਬੈਠੇ ਨੇ ਤੇ ਸ਼ਕੀਰ ਸਾਹਿਬ ਲੰਮੇ ਪਏ ਨੇ ਲੋ ਜੀ 45 ਦੇ ਜ਼ਰੀਏ ਐ ਜੁੱਤੇ ਨੇ ਭਾਈ ਇਹ ਤੇ ਸ਼ਗਿਰਦ ਨੇ 47 ਨਾਲ ਐ ਨੇ ਜਿਤਾਣੇ ਚਾਲ ਆ ਗਈ ਚਿੜੀ ਦਾ ਚਿੜੀ ਤੇ ਚਿੜੀ ਮਾਰੂੰਗਾ ਇਨਸ਼ਾਅੱਲਾ ਚੁੱਕ 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 ਪੱਤੇ ਚੁੱਕ ਚਾਰ ਭਾਈ ਜੇ ਮਾਰ ਇਹ ਜੀ ਪ੍ਰੈਡਿਕਸ਼ਨ ਹੋ ਗਈ ਸ਼ਗਿਰਦ ਦੀ ਸਹੀ ਉਹਨੇ ਆਖਿਆ ਪਿਛਲੀ ਗੇਮ ਮੈਂ ਹਾਰਿਆ ਇਹ ਗੇਮ ਉਸਤਾਦ ਰਨ ਹਾਰਨੀ ਤੇ ਉਸਤਾਦ ਹਰੀ ਦੋਹਰੇ ਹੋ ਗਏ ਜੀ ਉਸਤਾਦ ਹਰੀ ਮੁੰਦੇ ਹੋ ਗਏ ਜੀ ਮੁੰਦੇ ਕਰ ਲਏ ਸ਼ਗਿਰਦ ਨੇ ਉਸਤਾਦ ਨੂੰ ਮੁੰਦਿਆ ਕਰ ਛੱਡੇ ਭਾਈ ਮੈਂ ਤੇ ਪੀ ਕੇ ਖੇਲ ਕੱਟ ਇੱਥੇ ਜੀ ਰੱਖਿਓ ਤੋ ਵੀਡੀਓ ਬਣਾਉਣੇ ਕਦੇ ਆਵੇ ਨਾ ਸਾਡੀ ਵਾਰੀ ਲੰਘ ਗਈ ਅੱਗੇ ਚਰੋਕਣੇ ਇਹ ਕੀ ਕਰੂਗੇ ਹੁਣ ਚੁੱਕੇ ਪੱਤੇ ਰੱਖ ਲੈ ਵੀਡੀਓ ਬਣਾਉਂਦਾ ਕਿ ਚੁੱਕਣੇ ਕੋਈ ਪਤਾ ਨਹੀਂ ਦਾ ਮੈਂ ਉਹ ਪਰਲੀ ਢੇਰੀ ਚੁੱਕਣੀ ਉਹ ਦੇ ਤੂੰ ਸੱਟ ਕੇ ਚੁੱਕ ਲੈਂਦਾ ਹੀ ਅਸਾਂ ਨਾ ਭਾਈ ਕੋਈ ਗੱਲ ਨਹੀਂ ਯਾਰ ਇਹ ਉਹ ਤਰੋ ਹਾਂ ਤਰ ਹਾਂ ਕਿਹੜੀ ਕਮੀ ਲੱਗੀ ਓਏ ਹੋ ਮਾਰੀਓ ਚਕਾ ਸੜੇ ਹੁਣ ਪਤਾ ਨਹੀਂ ਕੀ ਆਇਆ ਮੁੰਡਾ ਦੱਸ ਵਾਰੀ ਮੈਂ ਬੰਨਾ ਕਿਉਂਕਿ ਪੱਤੇ ਆ ਗਏ ਨੀਕੇ ਇਸ ਟਾਈਮ ਮੇਰੇ ਕੋਲ ਸ਼ੀਸ਼ ਨਾਗ ਆਉਂਦੇ ਨਾ ਬਚ ਗਿਓ ਵੱਡੇ ਵੱਡੇ ਕੋਲ ਨਜ਼ਰ ਆ ਚਲੋ ਜੀ ਨਵੀਂ ਗੇਮ ਲੱਗ ਗਈ ਹੁਣ ਬਾਅਦ ਚ ਦੇ ਐਂਡ ਇਖਤਤਾਮ ਚੈੱਕ ਕਰਾਂਗੇ ਤਾਂ ਰਣੇ ਫੁੱਲ ਸਾਬਤ ਹੋ ਜਾਣਾ ਕਿ ਕਿਸੇ ਕਿਸੇ ਕੰਮ ਦੀ ਸ਼ਗਿਰਦ ਬਣਦਾ ਉਸ ਤੋਂ ਬਾਅਦ ਉਸਤਾਦ ਬਣ ਜਾਂਦਾ ਉਸਤਾਦ ਤੋਂ ਬਾਅਦ ਉਸਤਾਦ ਰਾਂ ਦੀ ਵਾਰੀ ਆ ਜਾਂਦੀ ਹੈ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਕਾਬਲ ਇਹ ਹੁਣ ਗੇਮ ਜਿਹੜੀ ਹੈ ਇਹਦੇ ਵਿੱਚ ਉਸਤਾਦ ਰਾਂ ਦੀ ਵਾਰੀ ਆ ਜਾਣੀ ਕਹਿੰਦਾ ਯੱਕਾ ਕੱਢ ਲੈ ਤੂੰ ਆਪਣਾ ਨਸ਼ਾ ਕੱਢ ਰਿਹਾ ਮੈਂ ਤੇ ਤਾਂ ਮੈਂ ਹੋਰ ਕੇ ਪਾਣੀ ਨੂੰ ਆਣਾ ਦੇਖਾਂ ਪਕਾ ਲੈ ਤੇਰਾ ਸ਼ਾਹ ਇੰਜ ਨਿਕਲ ਗਿਆ ਮੈਂ ਆਪਣੇ ਚ ਦਿੰਦਾ ਪਿਆ ਪ੍ਰੈਡਿਕਸ਼ਨ ਸਹੀ ਹੋ ਗਈ ਹੈ ਪ੍ਰੈਡਿਕਸ਼ਨ ਤਲਾਲ ਤੇਰੀ ਪ੍ਰੈਡਿਕਸ਼ਨ ਸਹੀ ਹੋ ਗਈ ਹੈ ਕਿ ਇੱਕ ਵਾਰੀ ਤੂੰ ਬੰਨਾ ਹੁੰਦਾ ਇੱਕ ਵਾਰੀ ਸਤਾਦਰਾ ਨਾ ਬੰਨਾ ਹੁੰਦਾ ਉਧਰੋਂ ਭਾਵੇਂ ਉਧਰੋਂ ਪਾਣਾ ਦਾ ਸ਼ਾਹ ਉਧਰ ਹੋਵੇ ਗਿਆ ਪਾਣਾ ਸ਼ਾਹ ਜੇ ਤੂੰ ਆਇਆ ਨਾ ਤਾਂ ਮੈਂ ਕੋਈ ਆਇਆ ਹੈ ਹੀ ਓਏ
ਉਹੀ ਸਗਮੀ ਆ ਸ਼ਾਹੇ ਕੈਦ ਕੀਤੀ ਉਹਦਾ ਨੁਕਸਾਨ ਹੀ ਹੁੰਦਾ ਜੀ ਕਈ ਵਾਰੀ ਚਿੜੀਆਂ ਦੀ ਚਾਲ ਕਰਾ ਯਕੀਨ ਕਰ ਸੋਹਣੀ ਬੜਾ ਮੈਂ ਡਰਾਫ ਦਾ ਬਿੱਠਾ ਵੀ ਸਾਂਭੀ ਜਾਣ ਤੂੰ ਨੀ ਫਸਿਆ ਫਸ ਮੈਂ ਗਿਆ ਮੈਂ ਤੈਨੂੰ ਦੱਸਣਾ ਪਿਆ ਮੈਂ ਤਲਾਲ ਨੇ ਜੇ ਗੱਲ ਨੀ ਕੀਤੀ ਇੱਕ ਵਾਰੀ ਮੈਂ ਬੰਨਣਾ ਤੇ ਇੱਕ ਵਾਰੀ ਉਸਤਾਦ ਰਾਨਾ ਚਾਲ ਕਰਾਣੀ ਸਰ ਜੀ ਚਾਲ ਕਰਾਓ ਸਰ ਜੀ ਚਿੜੀ ਦੀ ਚੌਕੀ ਦੀ ਚਾਲ ਆ ਗਈ ਅੱਗੇ ਚਿੜੀ ਦੇ ਡਰਾਫ ਦਿੱਤਾ ਹੈ ਨਾ ਭਾਈ ਪਿਛਲੀ ਗੇਮ ਦੇ ਸ਼ੁਰੂ ਤੇ ਤੇਰੇ ਮੈਂ ਪਤਾ ਦਿੱਤਾ ਉਹਨੇ ਦਿੱਤਾ ਉਹਨੇ ਚਿੜੀ ਡਰਾਫ ਦਿੱਤਾ ਪਤਾ ਨਹੀਂ ਸਾਨੂੰ ਤਾਂ ਮਨ ਲੱਗਦਾ ਪਿਛਲੀ ਗੇਮ ਹੈ ਉਹ ਪਿਛਲੀ ਗੇਮ ਹੈ ਦਿੱਤਾ ਡਰਾਫ ਤੇਰੇ ਕੋ ਮੈਂ ਪਤਾ ਨਹੀਂ ਫਿਰ ਅਮਿਤ ਦਿੱਤਾ ਅਮਿਤ ਦੇ ਪਾਸ ਫਿਰ ਉਹ ਪਿਛਲੀ ਗੇਮ ਹੈ ਪਿਛਲੀ ਗੇਮ ਦੀ ਗੱਲ ਕਰ ਰਿਹਾ ਉੱਥੇ ਡਰਾਫ ਕਿੱਥੇ ਪਿਆ ਹੋਣੇ ਵਾ ਮੈਂ ਤੈਨੂੰ ਦੱਸਣਾ ਨਾ ਸਰਾਂ ਤੋਂ ਕਿੱਕਣ ਡਰਾਫ ਪਿਆ ਹੋਣਾ ਪਹਿਲੀ ਸਰ ਨਿਕਲੀ ਹੈ ਦੂਜੀ ਤੇ ਡਰਾਫ ਦਿੱਤਾ ਹੈ ਤੂੰ ਇੱਥੋਂ ਕੇ ਕੋਡ ਕਰਨਾ ਮੈਨੂੰ ਪਤਾ ਲੱਗ ਗਿਆ ਉਹਦੇ ਕੋਲ ਭਾਈ ਕੋਲੇ ਜਿਹਦੇ ਕੋਲੇ ਵੀ ਉਹਨਾਂ ਨੂੰ ਮੈਂ ਦਿੱਤਾ ਆਹੋ ਨਹੀਂ ਨਹੀਂ ਚਿੜੀਆਂ ਦਾ ਡਰਾਫ ਦਿੱਤਾ ਕਿਸੇ ਹੋਰ ਪੱਤੇ ਤੂੰ ਤੀਜੇ ਪੱਤੇ ਤੀਜੀ ਵਾਰ ਤੂੰ ਦਿੱਤੇ ਆਹਰੀ ਪੱਤੇ ਦੇ ਤਾਂ ਡਰਾਫ ਮੇਰੇ ਕੋਲ ਲੱਭਦਾ ਪਿਆ ਜਿਸ ਟਾਈਮ ਪਤਾ ਹੀ ਹੋਣਾ ਤੇਰੇ ਕੋਲ ਪੱਤੇ ਸਾਰੇ ਵਧੇ ਤਾਂ ਮੈਂ ਦੱਸਦਾ ਹੋਰ ਕਿਵੇਂ ਕਹਿਣਾ ਮੈਂ ਚਲ ਭਾਈ ਭਾਈ ਦੀ ਤਬੀਅਤ ਮੇਰੀ ਠੀਕ ਹੈ ਸਾਰਾ ਪਹਿਲਾਂ ਜਾ ਰਹਾ ਦਿੱਤਾ ਤਲਾਲ ਤੇਰੀ ਗੱਲ ਸਾਬਤ ਹੋ ਗਈ ਏ ਕਿ ਇੱਕ ਵਾਰੀ ਚਾਲ ਪਾਈ ਆ ਚਾਲ ਉਹਨੇ ਪਾਈ
ਚਲੋ ਜੀ ਉਹ ਵੀ ਆਪਣੇ ਟਾਈਮ ਨਾਲ ਅੱਖਾਂ ਖੋਲ ਲੈਂਦੇ ਪੱਤਾ ਸੁੱਟਦੇ ਸੌ ਜਾਂਦੇ ਹੁਣ ਅੱਖਾਂ ਖੁੱਲੀਆਂ ਸੁਣ ਸਰਾਂ ਵੀ ਦੇ ਛੋੜੋ ਇਹਨੂੰ ਉਮਨ ਸ਼ੱਕ ਕੇ ਉਸਤਾਦ ਪਾਨਾ ਦਾ ਸ਼ਾਹ ਸਾਰੇ ਚ ਨਿਕਲ ਗਿਆ ਡਰਾਪ ਆਇਆ ਨਹੀਂ ਹਲਵਾ ਬਣਾ ਕੇ ਪਈ ਅੱਖਾਂ ਖੁੱਲੀਆਂ ਨੀ ਵਾ ਇਹਦੀ ਲੱਗਦਾ ਸਤਾਦਰੀ ਬਚ ਗਏ ਨੀ ਇਸ ਵਾਰੀ ਸਤਾਦਰੀ ਬਚ ਗਏ ਨੀ ਇੱਧਰ ਬੰਦਾ ਬੈਠਿਆ ਕੋਈ ਗੱਲ ਲੀਕ ਹੋ ਗਈ ਹੈ ਉਹ ਬਸ ਯਾਰ ਨੀ ਪਤਾ ਦਿੱਤਾ ਡਰਾਫ ਮੈਂ ਪਿੱਛੇ ਦੀ ਸਾਡੀ ਉਮਰ ਦੇ ਨਾਲ ਪਿੱਛੇ ਸਾਡੇ ਰੱਖਿਆ ਬੈਕ ਸਾਈਡ ਤੇ ਉਹਨੇ ਸਾਂਭ ਕੇ ਰੱਖਿਆ ਹੁੰਦਾ ਮੈਂ ਇਹਨੂੰ ਡਰਾਫਟ ਲੱਭਿਆ ਮੈਨੂੰ ਹੱਥ ਲੱਤ ਮਾਰੇ ਫਿਰ ਤੂੰ ਕੀ ਕਰ ਰਹਾ ਸੀ ਤੇਰੇ ਕੋਲ ਮੈਂ ਪੱਤੇ ਲੱਗੇ ਫਿਰ ਮੈਂ ਦੇ ਦਿੱਤੇ ਛੇ ਨੂੰ ਪੱਤੇ ਦੇਣੇ ਤੇ ਮੈਨੂੰ ਲੱਤ ਮਾਰ ਕੇ ਨਹੀਂ ਦੇਣ ਮੈਂ ਕਿਹਾ ਪਾਰੀ ਪੱਤੇ ਨਿਕਲੇ ਤੇ ਮੈਂ ਕਿ ਕਮ ਡਰਾਫਟ ਦਿੰਦਾ ਪਿਆ ਜਾ ਕੇ ਜੇ ਡਰਾਫਟ ਕੋਈ ਪੱਤੇ ਕੋਈ ਨਹੀਂ ਤੇ ਬਾਤ